ਇੰਨਾ ਅਲਾਓ ਕਰ ਦੋ ਕਿ ਬੰਦਾ ਆਪਣੀ ਯੂਨੀਫਾਰਮ ਤੇ ਆਪ ਨਾ ਲਿਖਾ ਸਕਦਾ। ਹਾਂ ਉਹ ਤਾਂ ਅਸੀਂ ਜਦੋਂ ਮਰਜ਼ੀ ਲਿਖਾਓ ਤੁਸੀਂ, ਅਸੀਂ ਕਿਸੇ ਨੂੰ ਉਹ ਯਾਰ ਆਹ ਦੇ ਭੈਣ ਚੋ ਇੰਨੀ ਲੱਗਦੀ ਬਾਹਰ ਜਾ ਕੇ ਭੈਣ ਚੋ ਫਿਰ ਉਹਨੂੰ ਸਾਰਾ ਆਫ ਤੇ ਖੇਲ ਲਿਆ। ਸਿੰਗਲ ਸਿੰਗਲ ਲਵੋ ਸ਼ਾਬਾਸ਼। ਇਸਕਾ ਲੈਗ ਸਾਈਡ ਸ਼ਾਟ ਨਹੀਂ ਹੈ। ਬਾਹਾਂ ਜੇ ਦੂਜੀ ਆਉਣੀ ਹੈ ਪਲੇਸ ਓਨਲੀ ਪਲੇਸ ਆਫ ਸਾਈਡ। ਇਹਦੀ ਬਾਹਾਂ ਸਕਿਨ ਟਾਈਟ ਜੀ ਹੋਣੀ ਚਾਹੀਦੀ ਹੈ ਟੀ-ਸ਼ਰਟ ਦੀ। ਕਿ ਨਹੀਂ ਕੀ ਲੱਗਦਾ? ਗੱਲ ਪਤਾ ਕੀ ਆ, ਅਸੀਂ ਜੇ ਕਿਸੇ ਬੋਲਰ ਨੇ ਕੱਟ ਕੇ ਛੋਟੀ ਕਰਾਉਣੀ ਕਰਾ ਸਕਦੇ ਆ, ਕਿਉਂਕਿ ਮਾਰਚ ਅਪ੍ਰੈਲ ਦੇ ਵਿੱਚ ਈਵਨ ਮਈ ਤੱਕ ਵੀ ਨਾ ਥੋੜ੍ਹਾ ਸਾ ਖੁੱਲ੍ਹ ਹੁੰਦਾ, ਉਹਦੇ ਕਰਕੇ ਫੁੱਲ ਆਰਮ ਨਹੀਂ ਨਹੀਂ ਫੁੱਲ ਆਰਮ ਤਾਂ ਰਹਿੰਦੀ ਬਟ ਸਕਿਨ ਟਾਈਟ ਹੁੰਦੀ। ਨਹੀਂ ਨਹੀਂ ਬਾਲ ਨਹੀਂ ਹੁੰਦੀ ਫਿਰ ਤਾਂ, ਨਾ ਤਿੰਨ ਬਾਉਂਦੀਆਂ ਫਿਰ ਤਾਂ ਜ਼ਿਆਦਾ ਹੁੰਦੀ ਹੈ ਆਹ ਤਾਂ ਯਾਰ। ਸਕਿਨ ਟਾਈਟ ਐਵਰੀਬਾਡੀ ਦਾ ਡਿਫਰੈਂਟ ਹੁੰਦਾ ਨਾ, ਉਸਨੇ ਕਸਟ ਹੁੰਦਾ ਵੀ ਇਸੇ ਲਈ ਪ੍ਰਿੰਸ ਬਾਜੀ ਕਾ ਇਹ ਔਰ ਤੋ ਉਸੇ ਹਿਸਾਬ ਸੇ ਹੁੰਦੀ ਹੈ ਨਾ, ਤੋ ਆਰਮ ਵੀ ਉਸੇ ਹਿਸਾਬ ਸੇ ਹੁੰਦੀ ਹੈ। ਇਟ ਵੋਨਟ ਬੀ ਸਮ ਫੋਰ ਸਮ ਪੀਪਲ ਇਟ ਵਿਲ ਬੀ ਵੈਰੀ ਟਾਈਟ ਇਫ ਯੁਵਰਾਜ ਕੀ ਆਰਮ ਕੀ ਹਿਸਾਬ ਸੇ ਹੈਵ ਇਟ ਸਕਿਨ ਟਾਈਟ ਦੈਨ ਵੋ ਪ੍ਰਿੰਸ ਬਾਜੀ ਕੇ ਲਈ ਬਹੁਤ ਟਾਈਟ ਹੋਗਾ, ਬਲੱਡ ਸਰਕੂਲੇਸ਼ਨ ਨਹੀਂ ਹੋਗਾ। ਜੋ ਆਤੀ ਹੈ ਨਾ ਵੋ ਸਟ੍ਰੈਚੇਬਲ ਹੁੰਦੀ ਹੈ, ਉਸਕੀ ਬਾਤ ਕਰ ਰਹਾ ਹੂੰ ਮੈਂ। ਸਰੀ ਕਿਤਨਾ ਓਵਰ ਕੀ ਕੌਨ ਸਾ ਓਵਰ ਹੈ ਜੀ? This is the 37th over. 38th ke baad usko ball hit kar KP ko, only KP ko, Manmeher ko nahi. Oh main kattega main to, us vele ka intentionally main nu pocket play to da ta ta. Le. Bhan jo yaad hai chhad de onu leg wide nu. Ha kanjri aya dance na kar. Leg di short khel le bhan jo. Edge hi lag ji. Iska leg side kuch shot nahi hai, isliye aise chhod raha hai. Latta mar. Flick ya flick bhi nahi try kar raha. ਉਹ ਜਿਤਨੀ ਲੈਗ ਲੈ ਵਾਈਡ ਵਾਈਡ ਵਾਈ ਨੋ ਸਰੀ ਸੀਜ਼ਨ ਲਾਸਟ ਈਅਰ ਸ਼ੁਰੂ ਹੋਇਆ ਤਾਂ ਨਾ ਮੈਂ ਸੋਚਿਆ ਤਾਂ ਆਪਣੀ ਟੀਮ ਕੋ ਸਟਰੋਂਗ ਕਰਨਾ ਹੈ ਤਾਂ ਕਿ ਡਿਵੀਜ਼ਨ ਜਿੱਤੇ, ਬਟ ਜਿੱਤ ਨਹੀਂ ਪਾਈ। ਪਤਾ ਕਿਉਂ? ਸ਼ਾਟ ਸ਼ਾਟ ਡਬਲ ਕੀਪ ਰਾਜੇ ਕੀਪ ਰਾਜੇ ਚੋ ਦੇਖ ਲਓ ਹਾਲ। ਉਹ ਮਨਮੇਰ ਦੇਖ ਲਾ, ਮਨਮੇਰ ਤਾਂ ਨਹੀਂ ਭਾਗਦਾ। ਮਨ ਮੇਹਰ ਆਓ ਫੇਰ ਜਰਾ ਯਾਰ, ਮਨ ਮੇਹਰ ਐਂਡ ਕੇਪੀ।